ਕਾਰ ਤੇ ਮੋਟਰਸਾਈਕਲ ਰੇਹੜੀ ਦੀ ਟੱਕਰ ਹੋ ਗਈ ਤੇ ਇਸ ਹਾਦਸੇ ਦੇ ਵਿੱਚ ਰੇਹੜੀ ਚਾਲਕ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਤੇ ਹਸਪਤਾਲ ਚ ਰੇਹੜੀ ਚਾਲਕ ਵਿਅਕਤੀ ਨੇ ਦਮ ਤੋੜ ਦਿੱਤਾ। ਉੱਥੇ ਕਾਰ ਚਾਲਕ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਨੇ ਜਿਸਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ। ਪਰ ਇਸ ਦਰਦਨਾਕ ਹਾਦਸੇ ਦੇ ਵਿੱਚ ਮਿੱਠਨ ਜਿਸਦੀ ਉਮਰ ਮਹਿਜ਼ 34 ਤੋਂ 35 ਸਾਲ ਦੀ ਸੀ, ਜੋ ਆਪਣੇ ਪਿੱਛੇ ਮਾਸੂਮ ਬੱਚਿਆਂ ਨੂੰ ਛੱਡ ਗਿਆ। ਇਹ ਦਰਦਨਾਕ ਹਾਦਸਾ ਫਾਜ਼ਿਲਕਾ ਫਿਰੋਜ਼ਪੁਰ ਰੋਡ ਤੇ ਮੰਡੀ ਗੁਬਾਇਆ ਦੇ ਨਜ਼ਦੀਕ ਵਾਪਰਿਆ। ਫਿਲਹਾਲ ਮ੍ਰਿਤਕ ਰੇਹੜੀ ਚਾਲਕ ਦੇ ਪਰਿਵਾਰ ਵੱਲੋਂ ਹੁਣ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਦੱਸਣਾ ਬਣਦਾ ਹੈ ਕਿ ਮ੍ਰਿਤਕ ਮਿੱਠਨ ਲਾਲ ਕਬਾੜ ਦਾ ਕੰਮ ਕਰਦਾ ਸੀ, ਜੋ ਕਬਾੜ ਦੀ ਫੇਰੀ ਲਗਾ ਕੇ ਘਰ ਵਾਪਸ ਜਾ ਰਿਹਾ ਸੀ, ਪਰ ਰਸਤੇ ਦੇ ਵਿੱਚ ਹੀ ਇਹ ਦਰਦਨਾਕ ਹਾਦਸਾ ਵਾਪਰ ਗਿਆ। ਫਿਲਹਾਲ ਪੁਲਿਸ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ। ਮਾਮਲਾ ਜੀ, ਮੁੰਡਾ ਆਪਣੇ ਬਸਤੀ ਚੰਡੀਗੜ੍ਹ ਸਰਪੰਚ ਦਾ ਮੁੰਡਾ ਸੀ ਅਤੇ ਕੱਲ੍ਹ ਕੰਮ ਤੋਂ ਆ ਰਿਹਾ ਸੀ ਅਤੇ ਇਹਨੂੰ ਜਿਹੜੇ ਇੱਕ ਕਾਰ ਨੂੰ ਕਾਰ ਚਾਲਕ ਨੇ ਉਹ ਇਹਨੂੰ ਮਾਰ ਕੇ ਅਤੇ ਆਊਟਸਾਈਡ ਇਹਦੇ 'ਚ ਆ ਕੇ ਵੱਜਿਆ। ਮੁੰਡਾ ਤਾਂ ਬੇਕਸੂਰ ਸੀ ਵਿਚਾਰਾ ਅਤੇ ਇਹਦੀ ਮੁੱਖ ਉੱਥੇ ਜਿਹੜਾ ਉੱਥੋਂ ਅਸੀਂ ਫਾਈਲ ਕਰ ਲਿਆ ਸਿਵਲ ਹੋਸਪਿਟਲ, ਇੱਥੇ ਜੋ ਇਹਨਾਂ ਨੇ ਫਰੀਦਕੋਟ ਰੈਫਰ ਕਰਤਾ। ਫਰੀਦਕੋਟ ਰੈਫਰ ਦੌਰਾਨ ਇੱਥੇ ਕਲੰਦਰ ਦੇ ਕੋਲ ਦੀ ਮੌਤ ਹੋ ਗਈ। ਇਹਦੀ ਕੱਲ੍ਹ ਹੀ ਹੋਈ ਜੀ, ਐਕਸੀਡੈਂਟ ਵੀ ਕੱਲ੍ਹ ਪੋਸਟਮਾਰਟਮ ਹੋ ਗਿਆ ਜੀ। ਕਾਰਵਾਈ ਪੁਲਿਸ ਵੱਲੋਂ ਪਰਚਾ ਦਰਜ ਹੋ ਗਿਆ ਜੀ। ਹੁਣ ਅੱਗੇ ਜੋ ਵੀ ਹੋ, ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਜਲਦ ਤੋਂ ਜਲਦ ਇਹਨਾਂ ਨੂੰ ਸਾਫ਼ ਦਵਾਇਆ ਜਾਵੇ। ਇਹਦਾ ਨਾਮ ਮਿੱਠਣ ਹੈਗਾ ਜੀ, ਉਮਰ ਹੈਗੀ 32 ਸਾਲ ਦੀ, ਬਾਬੂ ਰਾਮ ਸਰਪੰਚ ਦਾ ਮੁੰਡਾ ਜੀ, ਬਸਤੀ ਚੰਡੀਗੜ੍ਹ। ਮੰਗ ਇਹ ਜੀ, ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਜਲਦ ਤੋਂ ਜਲਦ ਦੋਸ਼ੀ ਨੂੰ ਜਿਹੜਾ ਗ੍ਰਿਫਤਾਰ ਕਰਕੇ ਅਤੇ ਇਹਨਾਂ ਨੂੰ ਸਾਫ਼ ਦਵਾਇਆ ਜਾਵੇ। ਜੀ ਲੁਧਿਆਣੇ ਦੀ ਕਹਿ ਰਹੇ ਨੇ ਗੱਡੀ, ਲੁਧਿਆਣੇ ਦੀ ਹਲੇ ਤੱਕ ਪਤਾ ਨਹੀਂ, ਉਹ ਮੌਕੇ 'ਤੇ ਕਿ ਹੋਰ ਗੱਡੀ 'ਚ ਬੈਠ ਕੇ ਚਲਾ ਗਿਆ। ਇਹ ਜਿਹੜੀ ਰੇਹੜੀ ਟਰਾਲੀ ਹੁੰਦੀ ਹੈ ਨਾ ਜੀ, ਉਹ ਕਬਾੜ ਦੀ ਫੇਰੀ ਮਾਰ ਕੇ ਆ ਰਿਹਾ ਸੀ, ਇਹ ਇੱਧਰ ਲਾਧੂ ਕਬਲ ਆ ਰਿਹਾ ਸੀ ਕੁਬਾਏ ਤੋਂ। ਸਰ ਐਕਸੀਡੈਂਟ ਹੋਇਆ ਕੱਲ੍ਹ, ਇਹ ਕੁਬਾਏ ਕੋਲ ਹੋਇਆ ਸਰ, ਇਹ ਆਪਦੇ ਟਰਾਲੀ ਲੈ ਕੇ ਕਬਾੜ ਦਾ ਗੇੜਾ ਮਾਰ ਕੇ ਕੱਲ੍ਹ ਸੁਬਹਾ ਗਿਆ ਸੀ, ਸਾਢੇ 12 ਕਰੀਬ ਵਾਪਿਸ ਆ ਰਿਹਾ ਸੀ। ਇਹਨੂੰ ਮੈਂ ਫਾਈਲ ਕਰ ਸੜੂ ਜਾ ਰਿਹਾ ਸੀ ਗੱਡੀ ਵਾਲਾ, ਉਹਨੇ ਜਾ ਕੇ ਮੈਂ ਆਊਟਸਾਈਡ ਜਾ ਕੇ ਗੱਡੀ ਮਾਰਤੀ। ਗੱਡੀ ਗਈ ਸਟਰੈਕ, ਛੋਟੀ ਗੱਡੀ ਸੀ, ਕਾਰ ਹੋਇਆ ਸੀ। ਇਹ ਟਰਾਲੀ ਹੋਈ ਗਈ ਸੀ ਮੋਟਰਸਾਈਕਲ ਵਾਲੀ ਜੁਗਾੜੀ ਕਬਾੜ ਦਾ ਜੀ, ਇੱਕ ਵਾਜ ਦੇ ਨਜ਼ਦੀਕ ਹੋਇਆ। ਇਹ ਘਟਨਾ ਹੈਗੀ ਜੀ, ਇੱਕ ਕੋਈ ਕਾਰ ਵੀ ਅਸੀਂ ਇਹੀ ਕਰ ਰਹੇ, ਛੋਟੇ ਛੋਟੇ ਬੱਚੇ ਉਹਨਾਂ ਦੇ, ਮੰਦੀ ਕਾਰ ਵੀ ਕੀਤੀ ਜਾਵੇ। 34 ਤੋਂ 35 ਸਾਲ ਉਮਰ ਸੀ ਮਿੱਠਣ ਕੁਮਾਰ, 30 ਤੋਂ 35। ਅਸੀਂ ਕਹਿੰਦੇ ਜਿਹੜੀ ਕਾਨੂੰਨੀ ਕਾਰਵਾਈ ਬਣਦੀ, ਸਰਪੰਚ ਕਾਰ ਵੀ ਕੀਤੀ ਜਾਵੇ, ਛੋਟੇ ਛੋਟੇ ਬੱਚਿਆਂ ਨੂੰ ਇਨਸਾਫ਼ ਦਿੱਤਾ ਜਾਵੇ। ਇਹ ਆਪਣੇ ਪੜੋਸੀ ਹੈ ਜੀ, ਇਹ ਨਾ ਸਰ ਮਿੱਠਣ ਲਾਲ ਪੁੱਤਰ ਬਾਬੂ ਰਾਮ ਚੰਡੀਗੜ੍ਹ ਬਸਤੀ ਰਹਿੰਦਾ ਸੀ, ਜੋ ਕਬਾੜ ਦਾ ਕੰਮ ਕਰਦਾ ਸੀ ਜੀ। ਇਹ ਜਲਾਲਾਬਾਦ ਤੋਂ ਕਬਾੜ ਦਾ ਕੰਮ ਖਰੀਦ ਕੇ ਵਾਪਸ ਕਰਨ ਜਾ ਰਿਹਾ ਸੀ, ਸਾਹਮਣੇ ਇੱਕ ਅਨਨੋਨ ਪਰਸਨ ਆ ਰਿਹਾ ਸੀ, ਜਿਹਦੀ ਗੱਡੀ ਕਾਰ 'ਚ ਇਹਦੇ ਕੋਲ ਨੈਕਸੋ ਅਤੇ ਵਜਨ ਐਕਸੀਡੈਂਟ ਹੋ ਗਿਆ ਜੀ, ਡੈਥ ਹੋ ਗਈ ਆ। ਬਾਅਦ 'ਚ ਅਸੀਂ 3-4 ਵਜੇ ਪਤਾ ਦੇ ਕੇ ਕਾਰ ਇਸ਼ੂ ਕਰਦੇ, ਇੱਕ ਵਾਏ ਤੋਂ ਅੱਗੇ FF ਪੱਟਾ ਪੈਂਦਾ, ਪੱਠਾ ਆ ਉੱਥੇ ਸਰ। ਇਹ ਚੰਡੀਗੜ੍ਹ ਬਸਤੀ ਆ, ਪੈਂਦੀ ਹੈ ਮਾਨੀ ਲਾਧੂ।